जब शाम का बिलिंग का टाइम आया तो सर उनने गाली ग्लोच करना शुरू कर दिया था। गाली ग्लोच के सुनते ही हमारे मैनेजर साहब ने एमडी सर को इन्फॉर्म किया। ਜਿਹੜੇ ਇੱਕ ਅੰਕਲ ਸੀਗੇ ਜਿਨ੍ਹਾਂ ਦੇ ਮੂੰਹ ਤੇ ਕੱਟ ਸੀਗਾ, ਉਹਨਾਂ ਨੇ ਗਾਲਾਂ ਕੱਢਦੇ ਕੱਢਦੇ ਲਲਕਾਰਿਆ ਸਾਰਿਆਂ ਨੂੰ। ਉਹਨਾਂ ਦਾ ਇੱਕ ਮੈਂਬਰ ਕਹਿੰਦਾ ਹੈ ਕਿ ਇਹਨਾਂ ਨੂੰ ਐਸ ਐਸ ਪੀ ਦੀ ਪਾਵਰ ਨਹੀਂ ਪਤਾ, ਇਹਨਾਂ ਨੂੰ ਤਾਂ ਅੱਜ ਇਹਨਾਂ ਨੂੰ ਮਾਰ ਕੇ ਹੀ ਜਾਣਾ। ਇਹਨਾਂ ਨੇ ਸਾਡੇ ਤੇ ਝੂਠਾ ਪਰਚਾ ਦਰਜ ਕਰਾਇਆ ਹੈ ਜੀ, ਤੇ ਇਹਨਾਂ ਦਾ ਜਿਹੜਾ ਆਈ ਏ ਐਸ ਤੇ ਆਈ ਪੀ ਐਸ ਨਾਲ ਇਹਨਾਂ ਦਾ ਬਹੁਤ ਪਿਆਰ ਹੈ। जनहितैषी, टीआरपी नहीं खरीदते, भरोसा जीते हैं हम। सत श्री अकाल सारिआं नूं, मेरा नाम मनवीर सिंह कुदरा, मैं बकलावी दा मालका जी। उस दिन असी मैं ते वीरा ते दो समेत मैनेजर असी सिर्फ उन्हां नाल गल करन गए सीगे कि असी सिर्फ बिल असी कल सवेरे ले लांगे, क्योंकि उन्हां ने शराब बहुत ज़्यादा पीती हुई सी। इन्ने विच ही उन्हां दे ਜਿਹੜੇ ਇੱਕ ਅੰਕਲ ਸੀਗੇ ਜਿਨ੍ਹਾਂ ਦੇ ਮੂੰਹ 'ਤੇ ਕੱਟ ਸੀਗਾ, ਉਹਨਾਂ ਨੇ ਗਾਲਾਂ ਕੱਢਦੇ ਕੱਢਦੇ ਲਲਕਾਰਿਆ ਸਾਰਿਆਂ ਨੂੰ ਕਿ ਇਹਨਾਂ ਨੂੰ ਮਾਰ ਦਿਓ, ਇਹਨਾਂ ਨੂੰ ਰਾਸ ਨਹੀਂ ਆਉਣਾ, ਇਹਨਾਂ ਨੂੰ ਪੈਸਾ ਅਸੀਂ ਕੋਈ ਨਹੀਂ ਦੇਣਾ। ਅਤੇ ਪਿੱਛੇ ਹੀ ਉਹਨਾਂ ਦਾ ਇੱਕ ਮੈਂਬਰ ਕਹਿੰਦਾ ਕਿ ਇਹਨਾਂ ਨੂੰ ਐਸ ਐਸ ਪੀ ਦੀ ਪਾਵਰ ਨਹੀਂ ਪਤਾ, ਇਹਨਾਂ ਨੂੰ ਤਾਂ ਅੱਜ ਇਹਨਾਂ ਨੂੰ ਮਾਰ ਕੇ ਹੀ ਜਾਣਾ। ਇੰਨੇ ਵਿੱਚ ਹੀ ਉਹਨਾਂ ਨੇ ਮੈਨੂੰ ਘੇਰ ਲਿਆ, ਮੈਨੂੰ ਘੇਰ ਕੇ ਉਹਨਾਂ ਨੇ ਮੇਰੀ ਬਾਹਾਂ ਫੜ ਕੇ ਮੇਰੀਆਂ ਬਾਹਾਂ ਵੀ ਤੋੜਤੀਆਂ, ਅਤੇ ਮੈਨੂੰ ਥੱਪੜ ਵੀ ਮਾਰੇ, ਅਤੇ ਮੇਰੇ ਢਿੱਡ ਵਿੱਚ ਬਹੁਤ ਮੁੱਕੇ ਮਾਰੇ। ਅਤੇ ਇੰਨੇ ਵਿੱਚ ਹੀ ਮੇਰੇ ਮੈਂ ਜਦੋਂ ਕਿਚਨ ਵੱਲ ਨੂੰ ਭੱਜਿਆ ਅਤੇ ਮੇਰੇ ਇੱਕ ਸਟਾਫ ਵੱਲ ਨੂੰ ਇੱਕ ਲੰਬੇ ਜਿਹੇ ਮੁੰਡੇ ਜਿਹਨੇ ਪਿੱਛੇ ਪੌੜੀ ਕੀਤੀ ਹੋਈ ਸੀ, ਉਹਨੇ ਚਾਕੂ ਸੁੱਟਿਆ ਅਤੇ ਮੇਰੇ ਸਟਾਫ ਦੇ ਮੈਂਬਰ 'ਤੇ ਹੱਥ 'ਤੇ ਵੱਜ ਗਈ। ਇੰਨੇ ਵਿੱਚ ਹੀ ਮੈਂ ਪਾਪਾ ਨੂੰ ਫੋਨ ਕੀਤਾ, ਪਾਪਾ ਮੇਰੇ ਮੌਕੇ 'ਤੇ ਆਏ ਅਤੇ ਉਹਨਾਂ ਵਿੱਚ ਜਿਹੜੇ ਅੰਕਲ ਜਿਨ੍ਹਾਂ ਦੇ ਮੂੰਹ 'ਤੇ ਕੱਟ ਸੀਗਾ ਉਹ ਕਹਿੰਦੇ ਕਿ ਅਸੀਂ ਇਹਨਾਂ ਦੇ ਬੱਚੇ ਨੂੰ ਕਿਉਂ ਫੜਨਾ, ਇਹੀ ਬੰਦਾ ਹੈਗਾ, ਇਹਨੂੰ ਹੀ ਅਸੀਂ ਕੁੱਟਣਾ ਸੀਗਾ, ਇਹਦੇ ਮੁੰਡੇ ਨੂੰ ਛੱਡੋ, ਇਹਦੇ ਪਿਓ ਨੂੰ ਫੜੋ, ਇਹਨੂੰ ਅਸੀਂ ਛੱਡਣਾ ਨਹੀਂ ਹੈਗਾ, ਇਹਨੂੰ ਅਸੀਂ ਮਾਰ ਕੇ ਜਾਣਾ। ਇੰਨੇ ਵਿੱਚ ਹੀ ਮੇਰੇ ਫਾਦਰ ਉੱਧਰ ਡਿੱਗ ਗਏ ਅਤੇ ਗੁਰਕੀਰਤ ਬਿੰਦਰਾ ਨੇ ਜਾ ਕੇ ਆਪਣੇ ਸੈਲਫ ਡਿਫੈਂਸ ਵਿੱਚ ਬੋਟਲਸ ਪਿੱਕ ਕੀਤੀਆਂ ਅਤੇ ਮਾਰੀਆਂ, ਪਰ ਉਹਨਾਂ ਦੀਆਂ ਟੁੱਟੀਆਂ ਨਹੀਂ ਅਤੇ ਨਾ ਹੀ ਉਹਨਾਂ ਦੇ ਵੱਜੀਆਂ। ਅਤੇ ਬਸ ਇੰਨੇ ਵਿੱਚ ਹੀ ਇਹਨਾਂ ਸਾਰਿਆਂ ਨੇ ਇਸ਼ੂ ਇਹ ਬਣਾ ਲਿਆ ਕਿ ਅਸੀਂ ਇਹਨਾਂ ਨੂੰ ਮਾਰਿਆ, ਬਲਕਿ ਨਹੀਂ, ਇਹਨਾਂ ਨੇ ਜਦੋਂ ਸਾਨੂੰ ਕੁੱਟ ਰਹੇ ਸੀਗੇ ਤਾਂ ਇਹਨਾਂ ਨੇ ਸਾਡੇ 'ਤੇ ਪਲੇਟਾਂ, ਗਲਾਸ ਰਾਹੀਂ ਅਤੇ ਇੱਕ ਡਸਟਬਿਨ ਵੀ ਮੇਰੇ ਵੱਲ ਨੂੰ ਸੁੱਟਿਆ, ਜੋ ਕਿ ਮੇਰੇ ਪਿੱਠ 'ਤੇ ਬਹੁਤ ਜ਼ੋਰ ਦੀ ਵੱਜਿਆ। ਜਦੋਂ ਇਹ ਪਲੇਟਾਂ ਸੁੱਟ ਰਹੇ ਸੀ ਮੇਰੇ ਵੱਲ, ਤਾਂ ਇਹਨਾਂ ਦਾ ਇੱਕ ਬੰਦਾ ਪਲੇਟਾਂ ਸੁੱਟਣ ਦੇ ਰਾਹੀਂ ਇਹਨਾਂ ਦੇ ਆਪਸ ਵਿੱਚ ਹੀ ਵੱਜ ਗਈ। ਅਤੇ ਬਸ ਇਹਨਾਂ ਨੇ ਉਹ ਸਾਡੇ 'ਤੇ ਬਲੇਮ ਕਰਤਾ ਕਿ ਅਸੀਂ ਇਹਨਾਂ ਨੂੰ ਮਾਰਿਆ, ਬਲਕਿ ਅਸੀਂ ਇਹਨਾਂ ਨੂੰ ਕੋਈ ਹਾਰਮ ਨਹੀਂ ਕੀਤਾ, ਇਹਨਾਂ ਨੇ ਸਾਡੇ 'ਤੇ ਝੂਠਾ ਪਰਚਾ ਦਰਜ ਕਰਾਇਆ ਹੈ ਜੀ। ਅਤੇ ਇਹਨਾਂ ਦਾ ਜਿਹੜਾ ਆਈ ਏ ਐਸ ਅਤੇ ਆਈ ਪੀ ਐਸ ਨਾਲ ਇਹਨਾਂ ਦਾ ਬਹੁਤ ਪਿਆਰ ਹੈ, ਅਤੇ ਇਹਨਾਂ ਨੇ ਪੰਜਾਬ ਪੁਲਿਸ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ, ਸਾਡੀ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਲਿੱਤੀ ਗਈ। ਅਤੇ ਮੈਨੂੰ ਘੱਟੋ ਘੱਟ 3 ਤੋਂ 4 ਦਿਨ ਅੰਡਰ ਓਬਜ਼ਰਵੇਸ਼ਨ ਰੱਖਿਆ ਗਿਆ ਅਤੇ 30 ਤੋਂ 40 ਦਿਨ ਵਾਸਤੇ ਬੈੱਡ ਰੈਸਟ ਲਈ ਮੈਨੂੰ ਡਾਕਟਰ ਨੇ ਰੈਕਮੈਂਡ ਕੀਤਾ। ਥੈਂਕ ਯੂ।